ਵਿਖੇ ਸੈਂਟਰ ਸਰਕਾਰ ਅਤੇ NRIs ਵੀਰਾਂ ਦੇ ਸਹਿਯੋਗ ਨਾਲ ਪਿੰਡ ਰੋਸ਼ਨੀਕਰਨ ਕੀਤਾ ਗਿਆ। ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆ ਸੀ ਕਿ ਸਾਡੇ ਪਿੰਡ ਵਿੱਚ ਸਟਰੀਟ ਲਾਈਟ ਨਾ ਹੋਣ ਕਾਰਨ ਰਾਤ ਵੇਲੇ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਡੇ ਪਿੰਡ ਵਿੱਚ ਵੀ ਰੋਸ਼ਨੀਕਰਨ ਉਪਕਰਨ ਲਗਵਾਏ ਜਾਣ। ਹੁਣ ਸਾਡੇ ਪਿੰਡ ਵਿੱਚ ਵੀ ਸਰਕਾਰ ਨੇ ਅਤੇ NRIs ਵੀਰਾਂ ਦੀ ਮਦਦ ਨਾਲ 17 ਸੋਲਰ ਲਾਈਟਾਂ ਲੱਗੀਆਂ ਨੇ। ਹੁਣ ਰਾਤ ਸਮੇਂ ਪਿੰਡ ਵਾਸੀਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਅਸੀਂ ਸਰਕਾਰ ਅਤੇ NRIs ਵੀਰਾਂ ਦੇ ਧੰਨਵਾਦੀ ਹਾਂ ਜੋ ਸਮੇਂ-ਸਮੇਂ ਸਿਰ ਸਾਡੇ ਪਿੰਡ ਦੀ ਮਦਦ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਸਰਪੰਚ ਹਰਬੰਸ ਲਾਲ, ਸਮੂਹ ਮੈਂਬਰ ਪੰਚਾਇਤ ਅਤੇ ਪਿੰਡ ਵਾਸੀ ਮੌਜੂਦ ਸਨ। ਬਿਲਕੁਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਜੈ ਭੀਮ, ਜੈ ਭਾਰਤ। ਪਹਿਲਾਂ ਹੀ ਸਾਰਿਆਂ ਨੂੰ ਸਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ 17 ਲਾਈਟਾਂ ਪਿੰਡ ਦੇ ਵਿੱਚ ਅਸੀਂ ਲਗਾ ਰਹੇ ਹਾਂ, ਇਹ ਸੈਂਟਰ ਸਰਕਾਰ ਦੇ ਸਹਿਯੋਗ ਨਾਲ ਲਗਾ ਰਹੇ ਹਾਂ। ਅੱਜ ਅਸੀਂ ਪਿੰਡ ਖਹਿਰਾ ਦੇ ਵਿੱਚ ਮੌਜੂਦਾ ਗ੍ਰਾਮ ਪੰਚਾਇਤ ਤੌਰ 'ਤੇ ਇਕੱਠੇ ਹੋਏ ਹਾਂ ਔਰ ਸਾਡਾ ਮਕਸਦ ਇਹ ਹੈ ਕਿ ਪਿੰਡ ਨੂੰ ਜਿਹੜਾ ਹਰਿਆ ਭਰਿਆ ਅਤੇ ਹੋਰ ਜਿਹੜੇ ਸਾਡੀ ਪੰਚਾਇਤ ਨੇ, ਪੰਚਾਇਤ ਬਣਨ ਤੋਂ ਪਹਿਲਾਂ ਅਪੀਲ ਦੇ ਵਿੱਚ ਕੰਮ ਲਿਖੇ ਸੀ ਉਹਨਾਂ ਨੂੰ ਪਹਿਲਾਂ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਔਰ ਉਹਨਾਂ ਦੇ ਵਿੱਚ ਇੱਕ ਮੁੱਖ ਕੰਮ ਸੀਗਾ ਪਿੰਡ ਦੇ ਵਿੱਚ ਲਾਈਟਾਂ ਲਗਾਉਣਾ, ਬੂਟੇ ਅਤੇ ਹੋਰ ਸਕੂਲ ਦੇ ਕੰਮ ਸੀਗੇ ਔਰ ਜਿਹੜਾ ਮੇਨ ਮੁੱਖ ਕੰਮ ਸੀਗਾ ਉਹ ਲਾਈਟਾਂ ਦਾ ਸੀਗਾ। ਉਹ ਅੱਜ 17 ਲਾਈਟਾਂ ਲਾ ਕੇ ਪਿੰਡ ਦੇ ਚੁਰਸਤਿਆਂ, ਸਕੂਲ ਦੇ ਮੂਹਰੇ ਅਤੇ ਹੋਰ ਜਿਹੜੇ ਮੇਨ ਚੌੜੇ ਰਾਹ ਆ ਉੱਥੇ ਲਗਾਏ ਜਾ ਰਹੇ ਆ ਔਰ ਅਸੀਂ ਇਹ ਜਿਹੜੇ ਕੰਮ ਆ ਅੱਜ ਸੈਂਟਰ ਸਰਕਾਰ ਦੀ ਥਰ ਦੇ ਨਾਲ ਅਤੇ NRI ਵੀਰਾਂ ਦੇ ਸਹਿਯੋਗ ਨਾਲ ਕਰ ਰਹੇ ਹਾਂ। ਫਿਲੌਰ ਤੋਂ C1 ਨਿਊਜ਼ ਦੇ ਲਈ ਪ੍ਰਪਾਲ ਦੀ ਰਿਪੋਰਟ।